बीते साल अमृतसर दे सुल्तान विंड रोड तो एसटीएफ ने वड्डी मात्रा विच नशा बरामद कीता सी, जिस विच अकाली नेता अनवर मसीह दा नाम खुल के सामने आ रहा सी, जिस विच कि एसटीएफ वल्लों अनवर मसीह नू हिरासत विच लेके अगे कारवाई करदे होए अनवर मसीह ते मामला दर्ज कीता गया सी, जिस तो बाद अनवर मसीह नू जेल विच जाना अते हुण अनवर मसीह वल्लों जमानत ते बाहर आके अपना मामला रद्द करवाउण दी वड्डे पद्धर ते संघर्ष भी कीता जा रहा है। ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਵਰ ਮਸੀਹ ਨੇ ਆਪਣੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਤੇ ਪੁਲਿਸ ਵੱਲੋਂ ਨਾਜਾਇਜ਼ ਹੀ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਚੱਲਦੇ ਉਹਨਾਂ ਵੱਲੋਂ ਇਹ ਪਰਚਾ ਖਾਰਜ ਕਰਵਾਉਣ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅਤੇ ਉੱਥੇ ਹੀ ਉਹਨਾਂ ਵੱਲੋਂ ਮੀਡੀਆ ਦੇ ਸਾਹਮਣੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਅਨਵਰ ਮਸੀਹ ਦੇ ਸਮਰਥਕਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੈਂ 30 ਸਾਲ ਹੋ ਗਏ ਮੈਂ ਆਪਣੇ ਲੋਕਾਂ ਦੀ ਸੋਸ਼ਲ ਸੇਵਾ ਕਰਦੇ ਹੋਏ, ਅੱਜ ਤੱਕ ਮੈਨੂੰ ਅੱਜ ਤੱਕ ਇੱਕ ਮੈਂ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੇ ਲਈ ਆਪਾਂ ਜਾਨਾ ਕੰਮ ਕਰਦਾ ਵਾਂ, ਆਪਣੇ ਗਰੀਬ ਲੋਕਾਂ ਦੀ ਦਲਤਾਂ ਦੇ ਲਈ ਦੂਜੇ ਲਈ, ਅੱਜ ਤੱਕ ਮੇਰੇ 'ਤੇ ਕੋਈ ਨਜਾਇਜ਼ ਜਿਹੜਾ ਵਾ ਕਦੀ ਅੱਜ ਤੱਕ ਕਦੀ ਪਰਚਾ ਨਹੀਂ ਦਰਜ ਹੋਇਆ, ਕਦੀ ਅੱਜ ਤੱਕ ਨਹੀਂ ਇੰਨੇ ਸਾਲਾਂ ਦੇ ਵਿੱਚ ਮੈਂ ਕੋਈ ਨਜਾਇਜ਼ ਜਿਹੜਾ ਮੇਰੀ 52 ਸਾਲ ਦੀ ਏਜ 'ਚ ਅੱਜ ਤੱਕ ਕੋਈ DDR ਨਹੀਂ ਪੂਰੇ ਪੰਜਾਬ 'ਚ, ਕੋਈ ਦੂਜਾ ਨਹੀਂ ਹੈ, ਇਹਨਾਂ ਨਜਾਇਜ਼ ਮੇਰੇ 'ਤੇ ਧੱਕੇਸ਼ਾਹੀ ਨਾ, ਸਿਰਫ ਕਰਪਟ ਅਫਸਰ ਸਿਰੇ ਹੈਗੇ। ਮੇਰੇ ਪੰਜਾਬ ਪੁਲਿਸ ਬਹੁਤ ਮੇਰੀ ਮਦਦ ਕਰਦੀ ਹੈ, ਲੇਕਿਨ ਇਹ ਜਿਹੜੇ 3 ਅਫਸਰ ਹੈ ਜਿਹੜਾ ਕਿ AIG 4 ਹੈ, 3 ਜਿਹੜੇ DSP ਅਤੇ ਇੱਕ ਦੂਜਾ, ਇਹਨਾਂ ਨੇ ਪੈਸੇ ਮੇਰੇ ਕੋਲ ਮੰਗ ਕਰਦੇ ਰਹੇ, ਕਦੀ ਮੈਨੂੰ ਚਾਹੀਦਾ ਹੈ ਜੀ 20 ਲੱਖ, ਕਦੀ ਫੋਰਚੂਨਰ, ਕਦੀ ਕੁਝ। ਸੋ ਇਸ ਲਈ ਮੈਂ ਤਾਂ ਅੱਜ ਤੱਕ 30 ਸਾਲਾਂ 'ਚ ਅੱਜ ਤੱਕ ਕੋਈ ਕੁੱਤੇ ਨੂੰ ਸੋਟੀ ਨਹੀਂ ਮਾਰੀ। ਮੈਂ ਸੋਸ਼ਲ ਵਰਕਰ ਲੀਡਰਸ਼ਿਪ 'ਤੇ ਜਾਂਦਾ, ਕੋਈ ਮੇਰੇ 'ਤੇ ਪਰਚਾ ਨਹੀਂ, ਸਾਰੇ ਮੀਡੀਆ ਜਾਣਦੀ ਅੱਜ ਤੱਕ ਮੇਰੇ 'ਤੇ ਇੱਕ ਵੀ ਪ੍ਰੋਫੈਸ਼ਨਲ ਨਹੀਂ ਜਾਂ ਮੈਂ ਕੋਈ ਕਿਤੇ ਕੀਤਾ। ਸੋ ਮੈਂ ਉਦੋਂ ਵੀ ਕਿਹਾ ਸੀ ਵੀ ਜੇ ਮੇਰੇ 'ਤੇ ਇਹਨਾਂ ਨੇ ਨਜਾਇਜ਼ ਅਤੇ ਝੂਠਾ ਪਰਚਾ ਦਰਜ ਕੀਤਾ ਤਾਂ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਵੀ ਮੈਂ ਇਹ ਜ਼ਿੱਲਤ ਨਹੀਂ ਜੀ ਸਕਦਾ, ਕਿਉਂਕਿ ਇਹਨਾਂ ਨੇ ਮੇਰੇ 'ਤੇ ਜਿਹੜਾ ਅੱਗੇ ਵੀ ਐਲੀਗੇਸ਼ਨ, ਲੜਾਈ ਝਗੜੀ ਹੋਵੇ ਆਪਸ 'ਚ, ਕਿਤੇ ਮਾਰਕੁੱਟ ਹੋ ਜੇ ਆਪਸ 'ਚ, ਉਹ ਦਲੇਰੀ ਹੁੰਦੀ ਹੈ, ਲੇਕਿਨ ਇਹ ਜਿਹੜਾ ਦੇਸ਼ ਦਰੋਹੀ ਦਾ ਪਰਚਾ ਇਹ ਮੇਰੇ 'ਤੇ ਲਈ ਇਹਨਾਂ ਨੇ ਨੁਕਸਾਨਦੇਹ ਕੀਤਾ ਵਾ। ਇਸ ਲਈ ਮੈਂ ਉਹਦਾ ਤੁਹਾਡੇ ਨਾਲ ਕਿਹਾ ਸੀ ਸਾਡੇ ਘੱਟੋ ਘੱਟ 100 ਚੈਨਲ ਐਸਟੀਐਫ ਦੇ ਸਾਹਮਣੇ ਹੀ, ਅਤੇ ਮੇਰੇ 'ਤੇ ਇਹਨਾਂ ਨੇ ਨਜਾਇਜ਼ ਅਤੇ ਝੂਠਾ ਪਰਚਾ ਦਰਜ ਕੀਤਾ, ਇਸ ਲਈ ਮੈਂ ਅੱਜ ਜਿਹੜਾ ਇਹਦੇ 'ਤੇ ਆਤਮ ਹੱਤਿਆ ਕਰਨ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ। We at GNA University see potential in everyone and everything around us. We drive innovation and entrepreneurship, encourage thought leadership. We are at the forefront of new age digital technology. We are world standard in theory and practice. We are a multicultural network community. We groom competent global citizens to effect positive change around them.